أعوذ بالله من الشيطان الرجيم. بسم الله الرحمن الرحيم. بڑی برکت والا ہے جن اتاری نتارہ کرن والی کتاب اپنے بندے اتے تاں ہووے سارے جگ نوں ڈران والا. او جس دی بادشاہی آسمان تے زمین دی تے نہیں پگڑی سو کوئی اولاد تے نہیں اے اودا کوئی شریک بادشاہی وچ تے پیدا کیتی سو ہر چیز پھر ٹھیک کیتا سو اس نوں اندازہ کر کے ਉਹਨੂੰ ਛੱਡ ਕੇ ਪਕੜੇ ਨੇ ਲੋਕਾਂ ਨੇ ਉਰੇ ਉਹਦੇ ਕਈ ਮਾਬੂਦ ਜੋ ਪੈਦਾ ਨਹੀਂ ਕਰ ਸਕਦੇ ਕੋਈ ਚੀਜ਼ ਅਤੇ ਆਪ ਪੈਦਾ ਕੀਤੇ ਜਾਂਦੇ ਨੇ ਅਤੇ ਨਹੀਂ ਇਖਤਿਆਰ ਰੱਖਦੇ ਆਪਣੀਆਂ ਜਾਨਾਂ ਦੇ ਨੁਕਸਾਨ ਅਤੇ ਨਫੇ ਦਾ ਅਤੇ ਨਾ ਉਹਨਾਂ ਦੇ ਇਖਤਿਆਰ ਵਿੱਚ ਮਾਰ ਦੇਣਾ ਅਤੇ ਨਾ ਜਵਾਣਾ ਅਤੇ ਨਾ ਮੋਇਆਂ ਨੂੰ ਉਠਾਉਣਾ. ਆਖਿਆ ਬੇਈਮਾਨਾਂ ਨੇ ਨਹੀਂ ਇਹ ਕੁਰਾਨ ਪਰ ਨੇਰਾ ਝੂਠ ਜੋੜ ਲਿਆ ਸੀ ਇਸ ਨੂੰ ਅਤੇ ਮਦਦ ਕੀਤੀ ਹੈ ਇਸ ਦੀ ਇਸ ਜੋੜਨੇ ਉੱਤੇ ਹੋਰ ਲੋਕਾਂ ਨੇ ਸੋ ਆਏ ਨੇ ਜ਼ੁਲਮ ਅਤੇ ਝੂਠ ਉੱਤੇ. ਆਖਿਓ ਨੇ ਕਹਾਣੀਆਂ ਨੇ ਅਗਲੀਆਂ ਲੋਕਾਂ ਦੀਆਂ ਉਹ ਲਿਖ ਲਈਆਂ ਸੂ ਸੋ ਉਹ ਪੜ੍ਹੀਆਂ ਜਾਂਦੀਆਂ ਨੇ ਉਸ ਅੱਗੇ ਸੁਬਹ ਸ਼ਾਮ. ਤੂੰ ਆਖੇ ਉਤਾਰਿਆ ਉਸ ਨੇ ਜਿਹੜਾ ਜਾਣਦਾ ਹੈ ਛੁਪਿਆ ਪੇਤ ਅਸਮਾਨਾਂ ਅਤੇ ਜ਼ਮੀਨ ਦਾ ਉਹ ਜ਼ਰੂਰ ਬਖਸ਼ਣਹਾਰ ਮਿਹਰਬਾਨ ਹੈ. ਅਤੇ ਆਖਿਓ ਨੇ ਇਹ ਕਿਸ ਤਰ੍ਹਾਂ ਦਾ ਪੈਗੰਬਰ ਹੈ ਖਾਂਦਾ ਰੋਟੀ ਅਤੇ ਫਿਰਦਾ ਤੁਰਦਾ ਬਾਜ਼ਾਰਾਂ ਵਿੱਚ ਕਿਉਂ ਨਾ ਉਤਾਰਿਆ ਗਿਆ ਇਸ ਵੱਲ ਕੋਈ ਫਰਿਸ਼ਤਾ ਤਾਂ ਹੁੰਦਾ ਇਸ ਨਾਲ ਡਰਾਉਣ ਵਾਲਾ. ਉੱਤੋਂ ਆ ਪੈਂਦਾ ਇਸ ਵੱਲ ਕੋਈ ਖਜ਼ਾਨਾ ਜਾਂ ਹੁੰਦਾ ਇਸ ਦਾ ਕੋਈ ਬਾਗ ਹੀ ਇਹ ਖਾਂਦਾ ਉਸ ਵਿੱਚੋਂ. ਤੇ ਆਖਿਆ ਜ਼ਾਲਮਾਂ ਨੇ ਨਹੀਂ ਮਗਰ ਤੁਰਦੇ ਹੋ ਤੁਸੀਂ ਪਰ ਇੱਕ ਮਰਦ ਜਾਦੂ ਕੀਤੇ ਗਏ ਦੇ. ਵੇਖ ਕਿਸ ਤਰ੍ਹਾਂ ਦੀਆਂ ਬਿਆਨ ਕੀਤੀਆਂ ਨੇ ਤੇਰੇ ਹੱਕ ਵਿੱਚ ਓਪਰੀਆਂ ਓਪਰੀਆਂ ਗੱਲਾਂ ਫਿਰ ਰਾਹ ਭੁੱਲ ਗਏ ਹੁਣ ਨਹੀਂ ਮਿਲ ਸਕਦਾ ਨੇ ਕੋਈ ਰਾਹ. ਬੜੀ ਬਰਕਤ ਵਾਲਾ ਹੈ ਉਹ ਜਿਹੜਾ ਜੇ ਚਾਹੇ ਬਣਾ ਦੇ ਤੈਨੂੰ ਚੰਗੇ ਇਦੋਂ ਬਾਗ ਜਿਨ੍ਹਾਂ ਦੇ ਹੇਠ ਵਗਦੀਆਂ ਨੇ ਨਹਿਰਾਂ ਤੇ ਬਣਾ ਦੇ ਤੈਨੂੰ ਵੱਡੇ ਵੱਡੇ ਮਹੱਲ. ਅੱਗੋਂ ਝੁਠਲਾਇਆ ਨੇ ਕਿਆਮਤ ਨੂੰ ਤੇ ਜਿਹਨੇ ਝੁਠਲਾਇਆ ਕਿਆਮਤ ਦੀ ਘੜੀ ਨੂੰ ਅਸਾਂ ਉਸ ਲਈ ਤਿਆਰ ਕੀਤੀ ਹੈ ਭੜਕਦੀ ਅੱਗ. ਉਹ ਅੱਗ ਜਦ ਵੇਖੇਗੀ ਉਹਨਾਂ ਨੂੰ ਦੂਰ ਜਗ੍ਹਾ ਤੋਂ ਸੁਣਨਗੇ ਉਹਦੇ ਗੁੱਸੇ ਦੇ ਜੋਸ਼ ਦੀ ਆਵਾਜ਼ ਤੇ ਚੀਕਣੇ ਦੀ. ਜਦ ਸੁੱਟੇ ਜਾਣਗੇ ਉੱਥੇ ਇੱਕ ਭੀੜੇ ਥਾਂ ਵਿੱਚ ਮੁਸ਼ਕਾਂ ਬੰਨੇ ਹੋਏ ਸੱਦਣਗੇ ਉੱਥੇ ਮੌਤ ਨੂੰ. ਕਿਹਾ ਜਾਏਗਾ ਨਾ ਸੱਦੋ ਅੱਜ ਇੱਕ ਮੌਤ ਨੂੰ ਤੇ ਸੱਦੋ ਬਹੁਤ ਸਾਰੀਆਂ ਮੌਤਾਂ ਨੂੰ. ਆਖੋ ਭਲਾ ਇਹ ਚੰਗਾ ਹੈ ਜਾਂ ਬਹਿਸ਼ਤ ਸਦਾ ਦਾ ਜਿਸ ਦਾ ਵਾਅਦਾ ਹੋਇਆ ਹੈ ਬਚ ਕੇ ਤੁਰਨ ਵਾਲਿਆਂ ਲਈ. ਉਹ ਹੈ ਉਹਨਾਂ ਦੇ ਅਮਲਾਂ ਦਾ ਬਦਲਾ ਤੇ ਮੁੜ ਕੇ ਜਾਣੇ ਦਾ ਥਾਂ ਉਹਨਾਂ ਲਈ ਉੱਥੇ ਜੋ ਚਾਹਣ ਉੱਥੇ ਸਦਾ ਰਹਿਣਗੇ. ਹੋ ਚੁੱਕਾ ਹੈ ਤੇਰੇ ਰੱਬ ਦੇ ਜ਼ਿੰਮੇਵਾਦਾ ਜਿਸ ਦਾ ਸਵਾਲ ਕੀਤਾ ਜਾਣਾ ਹੈ ਤੇ ਜਿਸ ਦਿਨ ਇਕੱਠਾ ਕਰਾਂਗੇ ਉਹਨਾਂ ਨੂੰ ਤੇ ਜਿਸ ਨੂੰ ਪੁੱਛਦੇ ਨੇ ਸਵਾਹ ਅੱਲਾ ਦੇ ਫਿਰ ਫਰਮਾਏਗਾ ਭਲਾ ਤੁਸਾਂ ਰਾਹੋਂ ਭੁਲਾ ਦਿੱਤੇ ਸਨ ਇਹ ਬੰਦੇ ਮੇਰੇ ਜਾਂ ਇਹ ਆਪ ਭੁੱਲੇ ਰਹੋ. ਉਹ ਆਖਣਗੇ ਤੂੰ ਬੇਐਬ ਇਹ ਨਹੀਂ ਸੀ ਲਾਇਕ ਸਾਨੂੰ ਜੋ ਪਕੜਦੇ ਆਪ ਸੀ ਸਵਾਹ ਤੇਰੇ ਕੋਈ ਹਮਾਇਤ ਕਰਨ ਵਾਲਾ. ਫਿਰ ਖਾਨ ਹੈਰਾਨ ਨੂੰ ਦਿੱਤੋ ਹੀ ਇਹਨਾਂ ਨੂੰ ਅਤੇ ਇਹਨਾਂ ਦੇ ਪਿਓ ਦਾਦਿਆਂ ਨੂੰ ਇੱਥੋਂ ਤੀਕ ਜੋ ਭੁਲਾ ਦਿੱਤੋ ਨੇ ਨਸੀਹਤ ਅਤੇ ਹੈ ਸਨ ਇਹ ਲੋਕ ਬਰਬਾਦ ਹੋਣ ਜੋਗੇ. ਇਹ ਲੋਕੋ ਸੋ ਇਹ ਝੁਠਲਾ ਚੁੱਕੇ ਨੇ ਤੁਹਾਨੂੰ ਉਸ ਗੱਲ ਵਿੱਚ ਜਿਹੜੀ ਆਖਦੇ ਸੋ. ਹੁਣ ਤੁਸਾਂ ਦਾ ਜ਼ੋਰ ਨਹੀਂ ਚੱਲ ਸਕਦਾ ਸ਼ਾਮਤ ਮੋੜਨ ਉੱਤੇ ਅਤੇ ਨਾ ਮਦਦ ਹਾਸਲ ਕਰਨ ਉੱਤੇ ਅਤੇ ਜਿਹੜਾ ਜ਼ੁਲਮ ਕਰੇਗਾ ਤੁਸਾਂ ਵਿੱਚੋਂ ਚੁਖਾਵਾਂਗੇ ਅਸੀਂ ਉਹਨੂੰ ਬੜੀ ਮਾਰ. ਬੀਬ ਤੇ ਨਹੀਂ ਭੇਜੇ ਅਸਾਂ ਪਹਿਲੇ ਤੇਰੇ ਪੈਗੰਬਰ ਪਰ ਜ਼ਰੂਰ ਉਹ ਖਾਂਦੇ ਸਨ ਰੋਟੀ ਤੇ ਤੁਰਦੇ ਸਨ ਬਾਜ਼ਾਰਾਂ ਵਿੱਚ ਤੇ ਬਣਾਇਆ ਅਸਾਂ ਇਕਨਾ ਤੁਸਾਂ ਦਿਆਂ ਨੂੰ ਇਕਨਾ ਦੇ ਅਜ਼ਮਾਨ ਨੂੰ. ਪਰ ਆ ਸਬਰ ਕਰਦੇ ਹੋ ਤੇ ਰੱਬ ਤੇਰਾ ਸਭ ਕੁਛ ਵੇਖਦਾ ਹੈ. ਆਖਣ ਲੱਗੇ ਜਿਹੜੇ ਨਹੀਂ ਉਮੀਦ ਰੱਖਦੇ ਸਾਡੇ ਮਿਲਣ ਦੀ ਕਿਉਂ ਨਾ ਉਤਰੇ ਸਾਡੇ ਉੱਤੇ ਫਰਿਸ਼ਤੇ ਜਾਂ ਅਸੀਂ ਵੇਖਦੇ ਆਪਣੇ ਰੱਬ ਨੂੰ ਜ਼ਰੂਰ ਵੱਡੇ ਬਣ ਬੈਠੇ ਨੇ ਆਪਣੇ ਜੀਆਂ ਵਿੱਚ ਤੇ ਹੱਦੋਂ ਟੱਪ ਗਏ ਨੇ ਆਪਣੀ ਸਰਕਸ਼ੀ ਵਿੱਚ. ਜਿਸ ਦਿਨ ਵੇਖਣਗੇ ਫਰਿਸ਼ਤਿਆਂ ਨੂੰ ਕੋਈ ਖੁਸ਼ਖਬਰੀ ਨਹੀਂ ਹੋਵੇਗੀ ਉਸ ਦਿਨ ਪਾਪੀਆਂ ਨੂੰ ਤੇ ਆਖਣਗੇ ਕੋਈ ਪਰਦਾ ਹੋ ਜਾਏ ਪੱਕਾ ਤਾਂ ਜੇ ਫਰਿਸ਼ਤੇ ਸਾਨੂੰ ਨਜ਼ਰ ਨਾ ਆਉਣ. ਤੇ ਆ ਗਏ ਅਸੀਂ ਉਸ ਅਮਲ ਵੱਲ ਜੋ ਕੀਤਾ ਸਾਨੇ ਫਿਰ ਕਰ ਦਿੱਤਾ ਅਸਾਂ ਉਹਨਾਂ ਨੂੰ ਗੁਬਾਰ ਉੱਡਦਾ. ਬਹਿਸ਼ਤ ਵਾਲਿਆਂ ਦਾ ਉਸ ਦਿਨ ਚੰਗਾ ਹੈ ਠਹਿਰਨ ਦਾ ਥਾਂ ਤੇ ਬਹੁਤ ਸੋਹਣਾ ਹੈ ਦੁਪਹਿਰ ਦੇ ਆਰਾਮ ਦਾ ਥਾਂ. ਤੇ ਉਸ ਦਿਨ ਪਾਟ ਜਾਏਗਾ ਆਸਮਾਨ ਇੱਕ ਬੱਦਲ ਨਾਲ ਤੇ ਉਤਾਰੇ ਜਾਣਗੇ ਫਰਿਸ਼ਤੇ ਉਤਰਾਈ ਲਗਾ ਕੇ. ਸੱਚੀ ਬਾਦਸ਼ਾਹੀ ਉਸ ਦਿਨ ਰਹਿਮਾਨ ਦੀ ਤੇ ਹੈ ਉਹ ਦਿਨ ਬੇਈਮਾਨਾਂ ਉੱਤੇ ਔਖਾ. ਤੇ ਜਿਸ ਦਿਨ ਚੱਕ ਮਾਰੇਗਾ ਜ਼ਾਲਿਮ ਆਪਣੇ ਹੱਥਾਂ ਉੱਤੇ ਆਖੇਗਾ ਹੈ ਮੈਨੂੰ ਮੈਂ ਫੜ ਲੈਂਦਾ ਪੈਗੰਬਰ ਨਾਲ ਰਲ ਕੇ ਰਸਤਾ
ਹੈ, ਮੇਰੀ ਇਹ ਖਰਾਬੀ ਹੈ, ਮੈਨੂੰ ਨਾ ਬਣਾਉਂਦਾ ਮੈਂ ਫਲਾਣੇ ਨੂੰ ਯਾਰ। ਜ਼ਰੂਰ ਭੁਲਾ ਦਿੱਤੀ ਉਸ ਮੈਨੂੰ ਉਹ ਨਸੀਹਤ ਪਿੱਛੇ ਇਸ ਦੇ ਜਦ ਪਹੁੰਚ ਚੁੱਕੀ ਮੈਨੂੰ। ਤੇ ਹੈ ਸ਼ੈਤਾਨ ਆਦਮੀ ਨੂੰ ਵਕਤ ਆਏ ਉੱਤੇ ਦਗਾ ਦੇਣ ਵਾਲਾ। ਤੇ ਆਖਿਆ ਪੈਗੰਬਰ ਨੇ, ਇਹ ਮੇਰਾ ਰੱਬਾ, ਜ਼ਰੂਰ ਮੇਰੀ ਕੌਮ ਨੇ ਠਹਿਰਾਇਆ ਇਸ ਕੁਰਾਨ ਨੂੰ, ਛੱਡੀ ਹੋਈ ਚੀਜ਼। ਹਬੀਬ, ਤੇ ਇਸੇ ਤਰ੍ਹਾਂ ਬਣਾਏ ਨੇ ਅਸਾਂ ਹਰ ਪੈਗੰਬਰ ਦੇ ਦੁਸ਼ਮਣ ਪਾਪੀਆਂ ਵਿੱਚੋਂ। ਤੇ ਬਤੇਰਾ ਹੈ ਰੱਬ ਤੇਰਾ, ਰਾਹ ਪਾਉਣ ਵਾਲਾ ਤੇ ਮਦਦ ਕਰਨ ਵਾਲਾ। ਆਖਿਆ ਬੇਈਮਾਨਾਂ ਨੇ, ਕਿਉਂ ਨਹੀਂ ਉਤਾਰਿਆ ਗਿਆ ਇਸ ਉੱਤੇ ਕੁਰਾਨ ਸਾਰਾ ਇੱਕੋ ਵਾਰੀ? ਹਬੀਬ, ਇਸੇ ਤਰ੍ਹਾਂ ਉਤਾਰਿਆ ਹੀ ਥੋੜਾ ਥੋੜਾ ਕਰਕੇ, ਤਾਂ ਅਸੀਂ ਮਜ਼ਬੂਤ ਰੱਖੀਏ ਇਸ ਨਾਲ ਦਿਲ ਤੇਰਾ। ਤੇ ਅਸਾਂ ਇਹ ਪੜ੍ਹ ਸੁਣਾਇਆ ਠਹਿਰ ਠਹਿਰ ਕੇ, ਤਾਂ ਹਰ ਗੱਲ ਦਾ ਵੇਲੇ ਸਿਰ ਜਵਾਬ ਆਉਂਦਾ ਰਹੇ। ਨਹੀਂ ਲਿਆਉਂਦੇ ਤੇਰੇ ਕੋਲ ਕੋਈ ਅਚਰਜ ਸ਼ੁਭਾ, ਪਰ ਲਿਆਉਂਦੇ ਅਸੀਂ ਤੇਰੇ ਕੋਲ ਠੀਕ ਜਵਾਬ, ਤੇ ਉਦੋਂ ਸੋਹਣਾ ਖੋਲ੍ਹ ਕੇ। ਜਿਹੜੇ ਹਿੱਕੇ ਜਾਣਗੇ ਆਪਣੇ ਮੂੰਹਾਂ ਦੇ ਪਾਰ ਦੋਜ਼ਖ ਵੱਲ, ਉਹ ਨੇ ਬੁਰੇ ਟਿਕਾਣੇ ਵਿੱਚ ਤੇ ਬਥੇਰੇ ਭੁੱਲੇ ਹੋਏ ਰਾਹੋਂ। ਤੇ ਜ਼ਰੂਰ ਅਸਾਂ ਦਿੱਤੀ ਮੂਸਾ ਨੂੰ ਕਿਤਾਬ, ਤੇ ਬਣਾ ਦਿੱਤਾ ਅਸਾਂ ਉਸ ਨਾਲ ਉਹਦੇ ਭਰਾ ਹਾਰੂਨ ਨੂੰ ਵਜ਼ੀਰ। ਫਿਰ ਆਖਿਆ ਅਸਾਂ, ਜਾਓ ਦੋਵੇਂ ਉਹਨਾਂ ਲੋਕਾਂ ਵੱਲ ਜਿਨ੍ਹਾਂ ਚੁਠਲਾਈਆਂ ਨਿਸ਼ਾਨੀਆਂ ਸਾਡੀਆਂ। ਆਖਿਰਕਾਰ ਬਰਬਾਦ ਕਰ ਦਿੱਤਾ ਅਸਾਂ ਉਹਨਾਂ ਨੂੰ, ਖੂਬ ਬਰਬਾਦ ਕਰਨਾ। ਨੂਹ ਦੀ ਕੌਮ ਨੂੰ ਵੀ ਜਦ ਚੁਠਲਾਇਆ ਉਹਨੇ ਪੈਗੰਬਰਾਂ ਨੂੰ, ਡੋਬ ਦਿੱਤਾ ਅਸਾਂ ਉਹਨਾਂ ਨੂੰ, ਤੇ ਕਰ ਦਿੱਤਾ ਅਸਾਂ ਉਹਨਾਂ ਨੂੰ ਲੋਕਾਂ ਵਾਸਤੇ ਨਿਸ਼ਾਨੀ, ਤੇ ਤਿਆਰ ਕੀਤੀ ਅਸਾਂ ਜ਼ਾਲਮਾਂ ਲਈ ਦੁੱਖ ਦੀ ਮਾਰ, ਤੇ ਬਰਬਾਦ ਕਰ ਦਿੱਤਾ ਆਦ ਤੇ ਸਮੂਦ ਤੇ ਅੰਨੇ ਖੂਹ ਵਾਲਿਆਂ ਨੂੰ, ਤੇ ਵਿਚਕਾਰ ਇਸ ਦੇ ਬਹੁਤ ਸੰਗਤਾਂ ਨੂੰ। ਤੇ ਹਰ ਇੱਕ ਲਈ ਬਿਆਨ ਕੀਤੀਆਂ ਅਸਾਂ ਮਿਸਾਲਾਂ, ਤੇ ਹਰ ਇੱਕ ਨੂੰ ਰੇਜ਼ਾ ਰੇਜ਼ਾ ਕਰ ਦਿੱਤਾ ਅਸਾਂ ਤੋੜ ਕੇ। ਜ਼ਰੂਰ ਲੰਘ ਗਏ ਨੇ ਉਸ ਬਸਤੀ ਦੇ ਕੋਲੋਂ ਦੀ ਜਿਸ ਉੱਤੇ ਵਰਿਆ ਸੀ ਬੁਰਾ ਮੀਂਹ। ਭਲਾ ਫਿਰ ਵੇਖਿਆ ਨਹੀਂ ਸਾਨੇ ਉਸ ਨੂੰ? ਸਗੋਂ ਉਮੀਦ ਨਹੀਂ ਰੱਖਦੇ ਨੇ ਮਰ ਕੇ ਉੱਠਣ ਦੀ। ਜਦ ਵੇਖਦੇ ਨੇ ਤੈਨੂੰ, ਨਹੀਂ ਬਣਾਉਂਦੇ ਤੈਨੂੰ ਪਰ ਮਖੌਲ। ਭਲਾ ਇਹੋ ਹੈ ਜਿਹੜਾ ਭੇਜਿਆ ਅੱਲਾ ਨੇ ਪੈਗਾਮ ਪਹੁੰਚਾਉਣ ਵਾਲਾ? ਜ਼ਰੂਰ ਹੈ, ਭੁਲਾ ਦੇਣ ਲੱਗਾ ਸੀ ਸਾਨੂੰ ਸਾਡੇ ਮਬੂਦਾਂ ਤੋਂ, ਜੇ ਕਦੀ ਅਸੀਂ ਸਾਬਤ ਨਾ ਰਹਿੰਦੇ ਉਹਨਾਂ ਦੀ ਪੂਜਾ ਉੱਤੇ। ਤੇ ਅੱਗੋਂ ਜਾਣਨਗੇ ਜਦ ਵੇਖਣਗੇ ਅਜ਼ਾਬ, ਭਾਈ ਕੌਣ ਵਧੇਰਾ ਭੁੱਲਾ ਹੋਇਆ ਰਹੋ। ਭਲਾ ਡਿੱਠਾ ਹੀ ਜਿਨ ਬਣਾਇਆ ਮਬੂਦ ਆਪਣਾ ਆਪਣੇ ਜੀ ਦੀ ਚਾਹ ਨੂੰ, ਭਲਾ ਫਿਰ ਤੂੰ ਬਣ ਸਕਣਾ ਹੈ ਉਹਦਾ ਜ਼ਿੰਮੇਦਾਰ? ਜਾਂ ਤੂੰ ਗੁਮਾਨ ਕਰਨਾ ਭਾਈ ਬਹੁਤੇ ਉਹਨਾਂ ਵਿੱਚੋਂ ਸੁਣਦੇ ਜਾਂ ਸਮਝਦੇ ਨੇ? ਨਹੀਂ, ਉਹ ਪਰ ਡੰਗਰਾਂ ਵਾਂਗੂ, ਸਗੋਂ ਉਹ ਵਧੇਰੇ ਭੁੱਲੇ ਹੋਏ ਨੇ ਰਹੋ। ਭਲਾ ਤੂੰ ਨਹੀਂ ਡਿੱਠਾ ਆਪਣੇ ਰੱਬ ਵੱਲ? ਕੀ ਕਰ ਫਰਾਈ ਸੂ ਛਾਂ, ਤੇ ਜੇ ਚਾਹੁੰਦਾ ਤਾਂ ਹਮੇਸ਼ ਰੱਖਦਾ ਉਸ ਨੂੰ ਠਹਿਰਾ ਕੇ। ਫਿਰ ਬਣਾ ਦਿੱਤਾ ਅਸਾਂ ਸੂਰਜ ਨੂੰ ਉਸ ਦਾ ਪਤਾ ਦੇਣ ਵਾਲਾ। ਫਿਰ ਖਿੱਚ ਲਿਆ ਅਸਾਂ ਉਸ ਸਾਹ ਨੂੰ ਆਪਣੇ ਵੱਲ ਵਲੇਟ ਕੇ ਸਹਿਜ ਸਹਿਜ। ਤੇ ਉਹ ਹੀ ਏ ਜਿਨ ਬਣਾ ਦਿੱਤੀ ਤੁਸਾਂ ਲਈ ਰਾਤ ਪਰਦਾ ਤੇ ਨੀਂਦ ਆਰਾਮ, ਤੇ ਬਣਾ ਦਿੱਤਾ ਦਿਨ ਵਕਤ ਉੱਠਣੇ ਦਾ। ਉਹ ਹੀ ਏ ਜਿਨ ਭੇਜੀਆਂ ਹਵਾਵਾਂ ਖੁਸ਼ਖਬਰੀ ਦਿੰਦੀਆਂ ਅੱਗੇ ਅੱਗੇ ਉਸ ਦੀ ਮਿਹਰ ਦੇ। ਤੇ ਉਤਾਰਿਆ ਅਸਾਂ ਅਸਮਾਨੋਂ ਪਾਣੀ ਪਾਕ, ਤਾਂ ਅਸੀਂ ਜਵਾਈਏ ਉਸ ਨਾਲ ਮੋਏ ਹੋਏ ਦੇਸ਼ ਨੂੰ, ਤੇ ਪਿਲਾਈਏ ਅਸੀਂ ਉਹ ਆਪਣੇ ਪੈਦਾ ਕੀਤੀਆਂ ਹੋਇਆਂ ਵਿੱਚੋਂ ਚੋਖਰਾਂ ਤੇ ਆਦਮੀਆਂ ਬਹੁਤ ਸਾਰਿਆਂ ਨੂੰ। ਜ਼ਰੂਰ ਬਾਰ ਬਾਰ ਬਿਆਨ ਕੀਤੀ ਅਸਾਂ ਨਸੀਹਤ ਉਹਨਾਂ ਵਿੱਚ, ਤਾਂ ਨਸੀਹਤ ਪਕੜਨ। ਫਿਰ ਨਹੀਂ ਰਹਿੰਦੇ ਬਹੁਤੇ ਲੋਕ ਬਾਅਦ ਨਾਸ਼ੁਕਰੀ ਕਰਨ ਦੇ, ਤੇ ਜੇ ਚਾਹੁੰਦੇ ਅਸੀਂ ਤਾਂ ਭੇਜਦੇ ਹਰ ਬਸਤੀ ਵਿੱਚ ਡਰਾਉਣ ਵਾਲਾ। ਸੋ ਨਾ ਆਖੇ ਲੱਗ ਬੇਈਮਾਨਾਂ ਦੇ, ਤੇ ਜਿਹਾਦ ਕਰ ਉਹਨਾਂ ਨਾਲ ਕੁਰਾਨ ਲੈ ਕੇ, ਜਿਹਾਦ ਬੜੇ ਜ਼ੋਰ ਦਾ। ਤੇ ਉਹ ਹੀ ਏ ਜਿਨ ਮਿਲਾ ਕੇ ਵਗਾਏ ਦੋ ਦਰਿਆ, ਇਹ ਮਿੱਠਾ ਹੈ ਤਰੇ ਬੁਝਾਉਂਦਾ, ਤੇ ਇਹ ਖਾਰਾ ਹੈ ਕੌੜਾ, ਤੇ ਕਰ ਦਿੱਤਾ ਦੋਵਾਂ ਵਿੱਚ ਪਰਦਾ ਤੇ ਬੰਨ ਵੱਧਾ ਹੋਇਆ। ਤੇ ਉਹ ਹੀ ਏ ਜਿਨ ਬਣਾਇਆ ਪਾਣੀਓ ਆਦਮੀ, ਫਿਰ ਬਣਾ ਦਿੱਤਾ ਉਹਨੂੰ ਜ਼ਾਤ ਦਾ ਮੁੱਢ ਯਾਨੀ ਨਸਬ, ਤੇ ਨਿਕਾਹ ਦੇ ਸਾਕ ਦਾ ਥਾਂ ਯਾਨੀ ਸੱਸ ਤੇ ਸਹੁਰਾ। ਤੇ ਹੈ ਤੇਰਾ ਰੱਬ ਕਰਨ ਯੋਗ? ਪੂਜਦੇ ਨੇ ਸਵਾ ਅੱਲਾ ਦੇ ਉਸ ਨੂੰ ਜੋ ਨਾ ਨਫ਼ਾ ਦੇ ਉਹਨਾਂ ਨੂੰ ਤੇ ਨਾ ਨੁਕਸਾਨ ਕਰੇ ਉਹਨਾਂ ਦਾ। ਤੇ ਹੈ ਕਾਫਰ ਆਪਣੇ ਰੱਬ ਦੇ ਅਪੁੱਠ ਕਰਨ ਵਾਲੇ ਦਾ ਮਦਦਗਾਰ? ਤੇ ਨਹੀਂ ਭੇਜਿਆ ਅਸਾਂ ਤੈਨੂੰ ਪਰ ਖੁਸ਼ਖਬਰੀ ਦੇਣ ਤੇ ਡਰਾਉਣ ਨੂੰ। ਆਖ ਮੈਂ ਨਹੀਂ ਮੰਗਦਾ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ, ਪਰ ਜਿਹੜਾ ਚਾਹੇ ਪਕੜਨਾ ਆਪਣੇ ਰੱਬ ਵੱਲ ਰਾਹ। ਐ ਹਬੀਬ, ਤੇ ਭਰੋਸਾ ਕਰ ਉਸ ਜਿਉਂਦੇ ਉੱਤੇ ਜਿਹੜਾ ਨਹੀਂ ਮਰਦਾ, ਤੇ ਪਾਕੀ ਬੋਲ ਨਾਰ ਲਾ ਕੇ ਸੋਭਾ ਉਹਦੀ, ਤੇ ਬਤੇਰਾ ਹੈ ਆਪਣੇ ਬੰਦਿਆਂ ਦੇ ਗੁਨਾਹ ਦੀ ਖਬਰ ਰੱਖਣ ਵਾਲਾ, ਜਿਹਨੇ ਪੈਦਾ ਕੀਤੇ 6 ਦਿਨਾਂ ਵਿੱਚ ਆਸਮਾਨ ਤੇ ਜ਼ਮੀਨ ਤੇ ਜੋ ਵਿਚਕਾਰ ਹੈ ਉਹਨਾਂ ਦੇ, ਫਿਰ ਚੜ੍ਹਿਆ ਅਰਸ਼ ਦੇ ਤਖ਼ਤ ਉੱਤੇ, ਉਹ ਬੜੀ ਮਿਹਰ ਵਾਲਾ। ਸੋ ਪੁੱਛੋ ਉਹਦੀ ਸ਼ਾਨ
ਕਿਸੇ ਖਬਰ ਰੱਖਣ ਵਾਲੇ ਨੂੰ। ਤੇ ਜਦ ਆਖੀਏ ਉਹਨਾਂ ਨੂੰ ਸਜਦਾ ਕਰੋ ਰਹਿਮਾਨ ਨੂੰ, ਆਖਦੇ ਨੇ ਤੇ ਰਹਿਮਾਨ ਕੀ ਏ, ਭਲਾ ਅਸੀਂ ਸਜਦਾ ਕਰ ਲਈਏ ਜਿਸ ਨੂੰ ਤੂੰ ਸਾਨੂੰ ਹੁਕਮ ਕਰੇ। ਤੇ ਵਧਾਉਂਦੀ ਏ ਇਹ ਗੱਲ ਉਹਨਾਂ ਨੂੰ ਉਤਰਹਿਣਾ। ਬੜੀ ਬਰਕਤ ਵਾਲਾ ਏ ਜਿਨ ਬਣਾਇਆ ਆਸਮਾਨ ਵਿੱਚ ਬੁਰਜ, ਤੇ ਬਣਾਇਆ ਉਸ ਵਿੱਚ ਇੱਕ ਦੀਵਾ ਤੇ ਇੱਕ ਚੰਨ ਚਾਨਣ ਕਰਨ ਵਾਲਾ। ਤੇ ਉਹ ਹੀ ਏ ਜਿਨ ਬਣਾਇਆ ਰਾਤ ਤੇ ਦਿਨ ਨੂੰ ਇੱਕ ਦੂਜੇ ਦੀ ਜਗ੍ਹਾ ਆਵਣ ਵਾਲੇ, ਉਸ ਵਾਸਤੇ ਜਿਹੜਾ ਚਾਹੇ ਨਸੀਹਤ ਪਕੜਨਾ ਜਾਂ ਚਾਹੇ ਸ਼ੁਕਰ ਕਰਨਾ। ਰਹਿਮਾਨ ਦੇ ਬੰਦੇ ਉਹ ਨੇ ਜਿਹੜੇ ਤੁਰਦੇ ਨੇ ਜ਼ਮੀਨ ਉੱਤੇ ਦਬੇ ਪੈਰ, ਤੇ ਜਦ ਬੋਲਣ ਲੱਗਣ ਉਹਨਾਂ ਨਾਲ ਨਦਾਨ ਆਖਦੇ ਨੇ ਸਲਾਮ ਆਖਣੇ ਆ। ਜਿਹੜੇ ਰਾਤ ਗੁਜ਼ਾਰਦੇ ਨੇ ਆਪਣੇ ਰੱਬ ਅੱਗੇ ਸਜਦਾ ਕਰਦੇ ਤੇ ਖਲੋਤੇ ਨਮਾਜ਼ ਪੜ੍ਹਦੇ, ਜਿਹੜੇ ਆਖਦੇ ਨੇ ਸਾਡਿਆ ਰੱਬਾ ਫਿਰ ਜੇ ਅਸਾਂ ਤੋਂ ਅਜ਼ਾਬ ਦੁੱਖ ਦਾ, ਜ਼ਰੂਰ ਅਜ਼ਾਬ ਉਸ ਦਾ ਹੈ ਸ਼ੁਕਰ ਨਾ ਕਰਨ ਦੀ ਚੱਟੀ, ਜ਼ਰੂਰ ਉਹ ਬੁਰਾਏ ਠਹਿਰਨ ਦਾ ਥਾਂ ਤੇ ਬੁਰਾਏ ਰਹਿਣੇ ਦੇ ਥਾਂ। ਜਿਹੜੇ ਜਦ ਖਰਚਣ ਨਾ ਬੇਜਾ ਖਰਚਦੇ ਨੇ ਤੇ ਨਾ ਤੰਗੀ ਕਰਦੇ ਨੇ, ਤੇ ਹੈ ਵਿਚਕਾਰ ਇਸ ਦੇ ਗੁਜ਼ਰਾਨ। ਜਿਹੜੇ ਨਹੀਂ ਸੱਦਦੇ ਨਾਲ ਅੱਲਾ ਦੇ ਦੂਸਰੇ ਮਾਬੂਦ ਨੂੰ ਤੇ ਨਹੀਂ ਖੂਨ ਕਰਦੇ ਉਸ ਜਾਨ ਦਾ ਜਿਸ ਦਾ ਖੂਨ ਹਰਾਮ ਕੀਤਾ ਅੱਲਾ ਨੇ ਪਰ ਹੱਕ ਨਾਲ, ਤੇ ਨਹੀਂ ਜਨਾਹ ਕਰਦੇ, ਤੇ ਜਿਹੜਾ ਕਰੇਗਾ ਇਹ ਕੰਮ ਮਿਲੇਗੀ ਉਹਨੂੰ ਗੁਨਾਹ ਦੀ ਸਜ਼ਾ, ਦੂਣਾ ਕੀਤਾ ਜਾਏਗਾ ਉਹਨੂੰ ਅਜ਼ਾਬ ਦਿਨ ਕਿਆਮਤ ਦੇ, ਤੇ ਸਦਾ ਰਹੇਗਾ ਉਸ ਵਿੱਚ ਖੁਆਰ ਹੋ ਕੇ। ਜਿਨ ਤੋਬਾ ਕੀਤੀ ਤੇ ਮੰਨਿਆ ਤੇ ਕੀਤਾ ਕੰਮ ਨੇਕ, ਸੋ ਉਹ ਨੇ ਜਿਨ੍ਹਾਂ ਨੂੰ ਵਟਾਵੇਗਾ ਅੱਲਾ ਬੁਰਿਆਈਆਂ ਦੀ ਜਗ੍ਹਾ ਭਲਿਆਈਆਂ, ਤੇ ਹੈ ਅੱਲਾ ਬਖਸ਼ਣਹਾਰ ਮਿਹਰਬਾਨ। ਜਿਨ ਤੋਬਾ ਕੀਤੀ ਤੇ ਕੀਤਾ ਕੰਮ ਨੇਕ, ਸੋ ਉਹ ਜ਼ਰੂਰ ਮੁੜਦਾ ਏ ਅੱਲਾ ਵੱਲ ਸੋਹਣਾ ਮੁੜਨਾ। ਤੇ ਜਿਹੜੇ ਗਵਾਹ ਨਹੀਂ ਬਣਦੇ ਝੂਠ ਦੇ, ਤੇ ਜਦ ਲੰਘਦੇ ਨੇ ਨਿਕੰਮੇ ਕੰਮ ਕੋਲੋਂ ਲੰਘ ਜਾਂਦੇ ਨੇ ਸ਼ਰਾਫਤ ਸੰਭਾਲ ਕੇ, ਤੇ ਜਿਹੜੇ ਜਦ ਨਸੀਹਤ ਕੀਤੇ ਜਾਣ ਆਪਣੇ ਰੱਬ ਦੀਆਂ ਆਇਤਾਂ ਨਾਲ ਨਹੀਂ ਰਹਿ ਜਾਂਦੇ ਉਹਨਾਂ ਉੱਤੇ ਬੋਲੇ ਤੇ ਅੰਨੇ ਹੋ ਕੇ, ਤੇ ਜਿਹੜੇ ਆਖਦੇ ਨੇ ਸਾਡਿਆ ਰੱਬਾ ਬਖਸ਼ ਸਾਨੂੰ ਸਾਡੀਆਂ ਬੀਵੀਆਂ ਦੀ ਤਰਫੋਂ ਤੇ ਸਾਡੀ ਔਲਾਦ ਦੀ ਤਰਫੋਂ ਠੰਡ ਅੱਖੀਆਂ ਦੀ, ਤੇ ਕਰਦੇ ਸਾਨੂੰ ਪਰਹੇਜ਼ਗਾਰਾਂ ਦਾ ਪੇਸ਼ਵਾ, ਉਹਨਾਂ ਨੂੰ ਬਦਲਾ ਮਿਲਣੇ ਗਏ ਉੱਚੇ ਮਹਲ ਉਸ ਸਬੱਬੋਂ ਜੋ ਸਬਰ ਕੀਤੋ ਨੇ, ਤੇ ਅੱਗੋਂ ਵਾਲੀ ਮਿਲਣੇਗੀ ਉਸ ਵਿੱਚ ਦੁਆ ਤੇ ਸਲਾਮ, ਸਦਾ ਰਹਿਣਗੇ ਉੱਥੇ। ਉਹ ਸੋਹਣੀ ਜਗ੍ਹਾ ਠਹਿਰਨ ਦੀ ਤੇ ਜਗ੍ਹਾ ਰਹਿਣੇ ਦੀ। ਤੂੰ ਆਖ ਨਹੀਂ ਪਰਵਾਹ ਕਰਦਾ ਤੁਹਾਡੀ ਰੱਬ ਮੇਰਾ, ਭਾਵੇਂ ਤੁਸੀਂ ਨਾ ਪੁਕਾਰੋ ਉਸ ਨੂੰ, ਸੋ ਤੁਸੀਂ ਝੁਠਲਾ ਚੁੱਕੇ ਹੋ, ਹੁਣ ਅੱਗੋਂ ਹੋ ਜਾਵੇਗਾ ਅਜ਼ਾਬ ਚਮੜਨ ਵਾਲਾ।